ਤੜੀਆਂ ਤੇ ਮੈਂ ਦੀਨਾ ਮੋਰ ਪਾਉਂਦੀ ਹੋਣੀਆਂ ਮੇਰੀ ਚੜ ਕੇ ਜੰਜ ਜਾਣੀ ਯਾਰ ਨੇ ਖੋਲਿਆ ਪਿਆਰ ਦਾ ਬੂਹਾ ਗੱਲ ਸੁਣ ਲੈ ਦਰਜ਼ੀਆ ਵੇ ਮੈਨੂੰ ਕੁੜਤਾ ਸੂਦੇ ਸੁਹਾ ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਤੱਕ ਰੱਪੜ ਗਿਆ ਕਿ ਅੱਗੋਂ ਮੇਰਾ ਅੱਲਾ ਜਾਣਦਾ ਯਾਰ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਵਾਂ ਅਲੀ ਭਾਈ ਦਾ ਉਹ ਸਾਡੇ ਸਟੂਡੀਓ ਆਏ ਅਤੇ ਆ ਕੇ ਇਹਨਾਂ ਨੇ ਰੌਣਕ ਬਖਸ਼ੀ ਸ਼ੁਕਰੀਆ ਸੁਣਨ ਵਾਲਿਆਂ ਨੂੰ ਤਾਂ ਬੜੀ ਚੰਗੀ ਤਰ੍ਹਾਂ ਅੰਦਾਜ਼ਾ ਹੈ ਲੇਕਿਨ ਉਹ ਸਾਡਾ ਥੋੜ੍ਹਾ ਹੈਗਾ ਨਾ ਉਹ ਕਹਿੰਦੇ ਨੇ ਆੜਤੀਆਂ ਦਾ ਸ਼ਹਿਰ ਆਰਟ ਸਮਝ ਲੈਣ ਲਈ ਤੁਹਾਨੂੰ ਵਕਤ ਵੀ ਲੱਗਦਾ ਅਤੇ ਅਲੀ ਸਾਡਾ ਬਹੁਤ ਵੱਡਾ ਸਾਸਾ ਹੈ ਬੇਸ਼ੱਕ ਸ਼ਹਿਰ ਦਾ ਅਤੇ ਇਸ ਸ਼ਹਿਰ ਦੀ ਪਹਿਚਾਣ ਬਣ ਕੇ ਜਿਸ ਤਰੀਕੇ ਨਾਲ ਪੂਰੇ ਪਾਕਿਸਤਾਨ ਦੇ ਵਿੱਚ ਅਤੇ ਫਿਰ ਬੈਰੂਨ ਮੁਲਕ ਬਿਲਕੁਲ ਇਸ ਤਰੀਕੇ ਨਾਲ ਖੁਦਾ ਤਾਲਾ ਨੇ ਇਹਨਾਂ ਨੂੰ ਇੱਜ਼ਤ ਬਖਸ਼ੀ ਅਤੇ ਮੈਂ ਜਿਹੜਾ ਸਭ ਤੋਂ ਜ਼ਿਆਦਾ ਇਹਨਾਂ ਦਾ ਇਹਤਰਾਮ ਜਿਸ ਵਜ੍ਹਾ ਤੋਂ ਕਰਦਾ ਉਹ ਹੈ ਕਿ ਇਹ ਜਿਸ ਤਰ੍ਹਾਂ ਵੱਡੇ ਹੋਏ ਜਾ ਰਹੇ ਨੇ ਹਾਂਜੀ ਇਹ ਉਸੇ ਤਰ੍ਹਾਂ ਝੁਕੇ ਵੀ ਜਾ ਰਹੇ ਨੇ ਵਾਹ ਵਾਹ ਅਤੇ ਇਹਨਾਂ ਦਾ ਰਵੱਈਆ ਖਲੂਸ ਅਤੇ ਉਹ ਫਲ ਕਿਉਂ ਨਹੀਂ ਲੱਗਣਾ ਫਿਰ ਬੇਸ਼ੱਕ ਦੁਆਵਾਂ ਮਾਵਾਂ ਦੀਆਂ ਵੀ ਅਤੇ ਬਹੁਤ ਸੀ ਮਾਵਾਂ ਦੀਆਂ ਭੈਣਾਂ ਭਰਾਵਾਂ ਦੀਆਂ ਸਰ ਇਸ ਤੋਂ ਪਹਿਲਾਂ ਵੀ ਗੱਲ ਕਰਦੇ ਪਏ ਸਾਂ ਕਹਿੰਦੀ ਭਾਈ ਨੂੰ ਮੈਂ ਸਵਾਲ ਕੀਤਾ ਕਹਿੰਦੀ ਭਾਈ ਕਿਸ ਤਰ੍ਹਾਂ ਹੈ ਕਹਿੰਦੇ ਜੀ ਬਾਕੀ ਮਿਹਨਤ ਮੇਰੀ ਨਾਲ ਲੇਕਿਨ ਰੂਹਾਨੀ ਤੌਰ 'ਤੇ ਜਿਹੜੇ ਮੇਰੇ ਵੱਡਿਆਂ ਨੇ ਮੇਰੇ ਮਾਂ ਬਾਪ ਮੇਰੇ ਉਸਤਾਦ ਨੇ ਦੋਵਾਂ ਮੇਰੇ ਨਾਲ ਰਹੀਆਂ ਮੈਂ ਸਮਝਦਾ ਕਿ ਮੈਂ ਇਸ ਕਰਕੇ ਪਰ ਇਹਦੇ ਵਿੱਚ ਬੜੀ ਜਿਹੜੀ ਅਹਿਮ ਗੱਲ ਹੈਗੀ ਨਾ ਉਹ ਹੈਗੀ ਹੈ ਕਿ ਇਹ ਤੁਹਾਨੂੰ ਨਜ਼ਰ ਹੀ ਉਸ ਵੇਲੇ ਆਉਂਦਾ ਜਦੋਂ ਤੁਹਾਡੇ ਕੋਲ ਸਭ ਕੁਝ ਆ ਰਿਹਾ ਹੁੰਦਾ ਹੈ ਇਹ ਉਸ ਤੋਂ ਪਹਿਲਾਂ ਪਤਾ ਵੀ ਨਹੀਂ ਲੱਗਦਾ ਤੇ ਇਹ ਰੂਹਾਨੀਅਤ ਇਹਨਾਂ ਨੂੰ ਜਿਹੜੀ ਲੱਭੀ ਉਹ ਬੜੇ ਪੂਰੇ ਤਰੀਕੇ ਨਾਲ ਲੱਭੀ ਅਲਹਮਦੁਲਿਲਾ ਸਰ ਜੀ ਫਿਰ ਕੋਈ ਸਰ ਫਿਰ ਮਨ ਦਾ ਤੇ ਰੂਹਾਨੀਅਤ ਨੂੰ ਹਾਸਲ ਕਰਨ ਵਾਸਤੇ ਕਿ ਮਨ ਅੰਦਰੋਂ ਸਾਫ਼ ਹੋਏਗਾ ਤੇ ਰੂਹਾਨੀਅਤ ਦਾ ਵੀ ਕੋਈ ਅਸਰ ਉੱਥੇ ਹੋਏਗਾ ਹਾਂਜੀ ਬਿਲਕੁਲ ਇਸੇ ਤਰ੍ਹਾਂ ਹੀ ਹੈ ਇਹ ਕਰਮ ਤੋਂ ਬਗੈਰ ਹੋ ਨਹੀਂ ਸਕਦਾ ਬੇਸ਼ੱਕ ਮਨ ਵੀ ਕਰਮ ਤੋਂ ਬਗੈਰ ਸਾਫ਼ ਹੋ ਨਹੀਂ ਸਕਦਾ ਆ ਫਿਰ ਜਿਵੇਂ ਅੱਲਾਹ ਪਾਕ ਭਾਗ ਲਾਉਂਦਾ ਫਿਰ ਇਹ ਤੇ ਗੱਲ ਸਾਬਤ ਹੋ ਗਈ ਕਿ ਉਹਦਾ ਮਨ ਸਾਫ਼ ਹੀ ਹੈ ਜੀ ਅਤੇ ਇਹਨਾਂ ਦੇ ਅਜੇ ਜਿਹੜਾ ਵੀਡੀਓ ਵਾਇਰਲ ਹੋਇਆ ਸੋਸ਼ਲ ਮੀਡੀਆ ਦੇ ਉੱਤੇ ਉਹ ਮੈਂ ਵੇਖਿਆ ਬਕਾਇਦਾ ਅਤੇ ਬੜੀ ਖੁਸ਼ ਹੋਈ ਅਤੇ ਮੈਨੂੰ ਅੱਛਾ ਉਸ ਰੰਗ ਦੇ ਵਿੱਚ ਵੀ ਜਿਹਦੇ ਵਿੱਚ ਬੜੇ ਰੰਗੀਨ ਅਤੇ ਸਾਰੀ ਸ਼ੈਵਾਂ ਨਜ਼ਰ ਆ ਰਹੀਆਂ ਸੀ ਪਰ ਜਿਹੜੇ ਅਤੇ ਅਲੀ ਨੂੰ ਜਾਣਦੇ ਨੇ ਨਾ ਅਤੇ ਉਹ ਵੇਖ ਸਕਦੇ ਸੀ ਕਿ ਅਲੀ ਉੱਥੇ ਵੀ ਆਪਣਾ ਪੈਕੇਜ ਨਹੀਂ ਛੱਡ ਰਿਹਾ ਬਾਰੀਕੀ ਨਜ਼ਰ ਆ ਰਹੀ ਸੀ ਕਿ ਉਹ ਆਪਣਾ ਆਪ ਨਹੀਂ ਛੱਡ ਰਿਹਾ ਇਹੀ ਅਸਲ ਗੱਲ ਹੈਗੀ ਸਰ ਜੀ ਕਿਆ ਬਾਤ ਹੈ ਅਲੀ ਬਾਈ ਯਕੀਨ ਕਰਿਆ ਜੇ ਮੈਂ ਹਲਫੀਆ ਗੱਲ ਕਹਿੰਦਾ ਕਿ ਐਸਨ ਬਾਈ ਦਾ ਮੇਰੇ ਸਟੂਡੀਓ 'ਚ ਆਉਣਾ ਹੈ ਪਹਿਲਾ ਮੌਕਾ ਮੈਂ ਨਰਵਸ ਹਾਂ ਯਕੀਨ ਕਰਕੇ ਜਾਣਾ ਹੁੰਦਾ ਔਰ ਇੱਦਾਂ ਚੰਗੇ ਕਮੈਂਟਸ ਨਹੀਂ ਜਾਣਦਾ ਨਰਵਸ ਕਿਹਾ ਮੈਂ ਬਲਕਿ ਨਾ ਬਿਲਕੁਲ ਜ਼ਰੂਰ ਇਹਦੀ ਸ਼ੇਅਰ ਕਰਾਂਗਾ ਮੇਰਾ ਐਸਨ ਬਾਈ ਨਾਲ ਬੜਾ ਪੁਰਾਣਾ ਤਾਲੁਕ ਹੈ ਔਰ ਮੈਂ ਕਹਿ ਲਓ ਗੱਲ ਇਸ ਫੀਲਡ 'ਚ ਸੀ ਵੀ ਨਹੀਂ ਮੈਂ ਉਦੋਂ ਤੋਂ ਇਹਨਾਂ ਨੂੰ ਜਾਣਦਾ ਹਾਂ ਔਰ ਸਾਡੇ ਬਹੁਤ ਹੀ ਵੱਡੇ ਭਰਾ ਬਹੁਤ ਸੀਨੀਅਰ ਔਰ ਬੜੇ ਕਹਿ ਲਓ ਕਿ ਆਰਟ ਲਵਰ ਜਿਹੜੇ ਸਪੋਰਟ ਕਰਨ ਵਾਲੇ ਨੇ ਆਰਟਿਸਟਾਂ ਨੂੰ ਸਪੈਸ਼ਲੀ ਔਰ ਅੱਗੇ ਲਿਆਉਣ ਵਾਲੇ ਨੇ ਉਹਨਾਂ 'ਚੋਂ ਇਹਨਾਂ ਦਾ ਨਾਮ ਬਿਲਕੁਲ ਹੈ ਮੈਨੂੰ ਬਹੁਤ ਖੁਸ਼ੀ ਆ ਰਹੀ ਹੈ ਵੈਸੇ ਸ਼ਾਦੀ ਹੋ ਗਈ ਮੇਰੀ ਗੱਲ ਯਾਰ